ਭਾਰਤ ਦੀ ਸਿਆਸਤ ਦੇ ਵਿੱਚ ਇੱਕ ਗੱਲ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਸਿਆਸੀ ਲੀਡਰਾਂ ਦਾ ਕੋਈ ਦੀਨ ਮਾਨ ਨਹੀਂ ਹੁੰਦਾ ਕਦੋਂ ਕਿਹੜੀ ਪਾਰਟੀ ਨੂੰ ਛੱਡ ਦੇਣ ਕਦੋਂ ਕਿਹੜੀ ਪਾਰਟੀ ਵਿੱਚ ਟਪੂਸੀ ਮਾਰ ਕੇ ਚਲੇ ਜਾਣ ਕੋਈ ਪਤਾ ਨਹੀਂ ਲੱਗਦਾ ਸਿਰਫ ਤੇ ਸਿਰਫ ਆਪਣੇ ਨਿੱਜੀ ਹਿੱਤ ਨੇ ਜਿਹੜੇ ਉਹ ਦੇਖੇ ਜਾਂਦੇ ਨੇ ਸਿਆਸੀ ਲੀਡਰਾਂ ਦਾ ਹੀ ਨਹੀਂ ਹੁਣ ਤਾਂ ਕਹਿ ਸਕਦੇ ਹਾਂ ਕਿ ਧਾਰਮਿਕ ਲੀਡਰਾਂ ਦਾ ਵੀ ਕੋਈ ਦੀਨ ਮਾਨ ਨਹੀਂ ਹੁੰਦਾ ਵਿਸਾਲ ਹੈ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੇ ਕਿ ਕਿਸਾਨੀ ਮੋਰਚੇ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀਆਂ ਸੇਵਾਵਾਂ ਸੇਰਾ ਖੱਟ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਝਟਕਾ ਲੱਗਿਆ ਹੈ ਤੇ ਨਾਲ ਹੀ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੂੰ ਚੋਣ ਵਾਲੇ ਲੋਕ ਹੋਣਗੇ ਸ਼ਾਇਦ ਉਹਨਾਂ ਨੂੰ ਵੀ ਝਟਕਾ ਲੱਗਿਆ ਹੋਊਗਾ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਦਿਖ ਹੈ ਉਹ ਸਿੱਖ ਹੈ ਤੇ ਜਿਹੜੀ ਸਿੱਖਾਂ ਦੀ ਕਮੇਟੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਦੇ ਪ੍ਰਧਾਨ ਸਨ ਸਭ ਤੋਂ ਪਹਿਲਾਂ ਉਹਨਾਂ ਨੇ ਡੀਐਸਜੀਐਮਸੀ ਦੇ ਪ੍ਰਧਾਨ ਵਜੋਂ ਅਸਤੀਫਾ ਦਿੱਤਾ ਅੱਗੇ ਤੋਂ ਦਿੱਲੀ ਕਮੇਟੀ ਦੀਆਂ ਚੋਣਾਂ ਨਾ ਲੜਨ ਦਾ ਵੀ ਐਲਾਨ ਕੀਤਾ ਤੇ ਫਿਰ ਉਸ ਤੋਂ ਬਾਅਦ ਦਿੱਲੀ ਵਿੱਚ ਬੀਜੇਪੀ ਦੇ ਦਫ਼ਤਰ ਵਿੱਚ ਜਾ ਕੇ ਬੀਜੇਪੀ ਦੇ ਹੋ ਗਏ ਨੇ ਉਹਨਾਂ ਨੇ ਮਿੰਟ ਚ ਆਪਣੇ ਗਲ ਦੇ ਵਿੱਚ ਬੀਜੇਪੀ ਦੇ ਪੱਟੇ ਨੇ ਜਿਹੜੇ ਉਹ ਪਵਾ ਲਏ ਨੇ ਜਦੋਂ ਡੀਐਸਜੀਐਮਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਲਗਾਤਾਰ ਚਰਚਾ ਹੋਣ ਲੱਗੀ ਸੀ ਕਿ ਉਹ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਨਾਲ ਦੀ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਮਿਲ ਹੋਣ ਦਾ ਐਲਾਨ ਵੀ ਕਰ ਦਿੱਤਾ ਦਾਵਾ ਕੀਤਾ ਕਹਿੰਦੇ ਬੀਜੇਪੀ ਹਮੇਸ਼ਾ ਸਿੱਖਾਂ ਦੇ ਮਸਲੇ ਹੱਲ ਕਰਦੀ ਰਹੀ ਹੈ ਹੁਣ ਕਹਿੰਦੇ ਮੇਰਾ ਕੰਪਰੋਮਾਈਜ਼ ਵੀ ਇਸ ਗੱਲ ਤੇ ਹੋਇਆ ਸਮਝੌਤਾ ਵੀ ਇਸ ਗੱਲ ਤੇ ਹੋਇਆ ਕਿ ਸਿੱਖਾਂ ਦੇ ਜਿਹੜੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣ ਭਾਰਤ ਦੇ ਵਿੱਚ ਹੀ ਨਹੀਂ ਭਾ ਜਿਹੜੇ ਸਿੱਖਾਂ ਦੇ ਮਸਲੇ ਨੇ ਉਹ ਜਿਹੜੇ ਵਿਆਪੀ ਪੱਧਰ ਤੇ ਹੈਗੇ ਨੇਗੇ ਸਿਰਸਾ ਨੇ ਦਾਅਵਾ ਵੀ ਕੀਤਾ ਕਿ ਆਉਣ ਦੇ ਦਿਨਾਂ ਦੇ ਵਿੱਚ ਮੈਂ ਸਿੱਖਾਂ ਦੇ ਜਿਹੜੇ ਪੈਂਡਿੰਗ ਮਸਲੇ ਨੇ ਉਹ ਸਾਰੇ ਹੱਲ ਕਰਵਾਵਾਂਗਾ ਮੋਦੀ ਸਰਕਾਰ ਸਾਰੇ ਮਸਲੇ ਸਿੱਖਾਂ ਦੇ ਹੱਲ ਕਰਨੇ ਚਾਹੁੰਦੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਡੀਐਸਜੀਐਮਸੀ ਦੇ ذریعے ਮੈਂ ਪੰਥ ਦੀ ਸੇਵਾ ਕੀਤੀ ਅਤੇ ਕਿਸਾਨਾਂ ਦੀ ਹਰ ਜਿਹੜੀ ਮੰਗ ਹੈ ਉਸ ਨੂੰ ਮੰਨਿਆ ਜਾਣਾ ਚਾਹੀਦਾ ਹੈ ਕਿਸਾਨਾਂ ਦੀ ਹਰ ਮੁਸ਼ਕਲ ਦਾ ਹੱਲ ਹੋਣਾ ਚਾਹੀਦਾ ਹੈ ਬੀਜੇਪੀ ਦੇ ਦਫ਼ਤਰ ਤੋਂ ਤੁਹਾਨੂੰ ਮਨਜਿੰਦਰ ਸਿੰਘ ਸਿਰਸਾ ਜੋ ਬੋਲ ਰਹੇ ਨੇ ਉਹ ਸੁਣਾਉਂਦੇ ਆਂ ਪੁਲਿਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੇ ਮਾਧਿਅਮ ਸੇ देश भर में दुनिया भर में मानवता की सेवा देश की सेवा और हमारे पंथ की सेवा हर उस जगह पर जहां पे भी हमारी इस कम्युनिटी को जरूरत पड़ी हमने वो पूरे देश के अंदर जाके अपने लोगों की आवाज को बुलंद किया मैनू इस गल का बड़ा है ਇਹ ਮੈਨੂੰ ਇਸ ਦੇਸ਼ ਦੀ ਰਾਜਧਾਨੀ ਦੇ ਅੰਦਰ ਦੋ ਵਾਰਾ ਦਿੱਲੀ ਦੇ ਲੋਕਾਂ ਨੇ ਐਮਐਲਏ ਵੀ ਬਣਾ ਕੇ ਭੇਜਿਆ ਔਰ ਦਿੱਲੀ ਤੋਂ ਹੀ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਰੂਪ ਅੰਦਰ ਜਨ ਸਕੱਤਰ ਦੇ ਰੂਪ ਅੰਦਰ ਔਰ ਫਿਰ ਪ੍ਰਧਾਨ ਦੇ ਰੂਪ ਅੰਦਰ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਦੌਰਾਨ ਚਾਹੇ ਮਾਨਵਤਾ ਦੀ ਸੇਵਾ ਦੀ ਗੱਲ ਹੋਵੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖੀ ਦਾ ਪਰਚਮ ਲਹਿਰਾਉਣਾ ਹੋਵੇ ਦੇਸ਼ ਨੂੰ ਇਹ ਦੱਸਣਾ ਹੋਵੇ ਦੁਨੀਆ ਨੂੰ ਦੱਸਣਾ ਹੋਵੇ ਸਿੱਖ ਕੌਣ ਆ ਸਿੱਖਾਂ ਦੀ ਕੀ ਪਰੰਪਰਾ ਹੈ ਔਰ ਕੀ ਮਾਨਵਤਾ ਦੀ ਸੇਵਾ ਕਰਨ ਦਾ ਜਜ਼ਬਾ ਸਿੱਖ ਰੱਖਦੇ ਨੇ ਪੂਰੇ ਦੇਸ਼ ਔਰ ਦੁਨੀਆ ਨੇ ਇਸ ਗੱਲ ਨੂੰ ਮੰਨਿਆ ਔਰ ਦੇਸ਼ ਔਰ ਦੁਨੀਆ ਦੇ ਅੰਦਰ ਇਹ ਮਾਨਵਤਾ ਦੀ ਸੇਵਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਜਿਸ ਦੀ ਬਾਅਦ ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕਰਕੇ ਔਰ ਦਿੱਲੀ ਦੀ ਪੁਲਿਸ ਨੇ ਵੀ ਸਾਰੇ ਗੁਰੂ ਘਰਾਂ ਦੀ ਆਰਾਧਨਾ ਕਰਦਿਓ ਧੰਨਵਾਦ ਕਰਦਿਓ ਧੰਨਵਾਦ ਕੀਤਾ ਕੋਈ ਪੰਜਾਬੀਅਤ ਦੀ ਗੱਲ ਦਾ ਮਸਲਾ ਖੜਾ ਹੁੰਦਾ ਸੀ ਤੇ ਸਾ ਸਾਡੀ ਭਾਈਚਾਰਕ ਸਾਂ ਜਿਹੜੀ ਸੀ ਜਸਪਾਰਟੀ ਨਾਲ ਸੀ ਉਹਦੇ ਮਾਧਿਅਮ ਤੋਂ ਹਮੇਸ਼ਾ ਹੀ ਇਸ ਲੜਾਈ ਨੂੰ ਲੜਦੇ ਆਏ ਪਰ ਅੱਜ ਜੋ ਸਾਡੇ ਦੇਸ਼ ਦੇ ਅੰਦਰ ਸਿੱਖ ਨੇ ਉਹ ਭਾਵੇਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਹੋਣ ਹਰੇਕ ਦੇ ਬਹੁਤ ਸਾਰੇ ਮੁੱਦੇ ਖੜੇ ਨੇ ਔਰ ਉਹਨਾਂ ਮੁੱਦਿਆਂ ਦੇ ਹੱਲ ਦੇ ਵਾਸਤੇ ਜਦੋਂ ਅਸੀਂ ਕਿਸੇ ਦੀ ਆਵਾਜ਼ ਬੁਲੰਦ ਕਰਦੇ ਕੋਈ ਆਵਾਜ਼ ਚੁੱਕਦੇ ਆ ਤੇ ਸਭ ਤੋਂ ਪਹਿਲਾਂ ਜ਼ਰੂਰ ਪੈਂਦੀ ਆ ਉਹ ਸਰਕਾਰ ਦੀ ਜਿਹੜੇ ਮਸਲੇ ਹੱਲ ਕਰ ਸਕਦੀ ਆ ਮੈਂ ਅੱਜ ਕਿਉਂਕਿ ਹਮੇਸ਼ਾ ਹੀ ਸਿੱਖ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ ਹੈ ਮੈਂ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਹਮੇਸ਼ਾ ਜੀ ਨੂੰ ਦੇਸ਼ ਪਰਦੇ ਸਿੱਖਾਂ ਦੇ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਮੈਨੂੰ ਇਸ ਗੱਲ ਦੀ ਬੜੀ ਪਰਸੰਤਾ ਹੋਈ ਬੜੀ ਖੁਸ਼ੀ ਹੋਈ ਕਿ ਨਾ ਕੇਵਲ ਉਹਨਾਂ ਨੇ ਬਲਕਿ ਉਹਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਾ ਕੇ ਇਸ ਗੱਲ ਨੂੰ ਕਿਹਾ ਕਿ ਮੈਂ ਇਹ ਸਾਰੇ ਮਸਲੇ ਅਸੀਂ ਹੱਲ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਜਿਹੜੀ ਸਾਡੀ ਸਭ ਤੋਂ ਦੇਸ਼ ਦਾ ਗੌਰਵ ਹੈਈ ਕੌਮ ਅਸੀਂ ਕੌਮ ਜਿਸ ਦੇ ਉੱਤੇ ਪੂਰੀ ਦੁਨੀਆ ਨੂੰ ਮਾਣਿਆ ਸਾਨੂੰ ਵੀ ਮਾਣਿਆ ਇਹਦਾ ਤਾਂ ਹਰ ਮਸਲਾ ਹੱਲ ਹੋਣਾ ਚਾਹੀਦਾ ਔਰ ਮੈਂ ਅੱਜ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਆਪਣੇ ਆਪ ਨੂੰ ਮੁਕਤ ਕੀਤਾ ਪਰਿਵਾਰ ਆਪਣੇ ਵੱਡੇ ਬੱਚੇ ਨੂੰ ਸਿੱਖ ਬਣਾਉਂਦਾ ਸੀ ਇਸ ਪਰੰਪਰਾ ਨੂੰ ਸਾਡੇ ਕੁਝ ਸਿਆਸੀ ਲੋਕਾਂ ਨੇ ਆਪਣੀ ਸਿਆਸੀ ਲੋੜਾਂ ਦੇ ਅੰਦਰ ਇਸ ਨੂੰ ਖਤਮ ਕਰ ਦਿੱਤਾ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਦੁਬਾਰਾ ਉੱਥੇ ਲੈ ਕੇ ਖੜਾ ਕਰਨਾ ਹੈ